ਗਰੇਵਾਲ ਸਾਹਿਬ, ਪ੍ਰੋਗਰਾਮ ਰੱਖਿਆ ਸੀ, ਕੀ ਮਕਸਦ ਸੀ ਜੀ? ਦੇਖੋ, ਸਾਡਾ ਇਹ ਪ੍ਰੋਗਰਾਮ ਜਿੰਨੇ ਵੀ ਚੱਲ ਰਹੇ ਨੇ, ਇੱਕ ਰੂਟੀਨ ਦੇ ਵਿੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਕਿ ਜਿਹੜੇ ਹਾਲਾਤ ਨੇ, ਹਾਲਾਤਾਂ ਦੇ ਮੁਤਾਬਕ ਜਿਸ ਤਰ੍ਹਾਂ ਦਾ ਚੋਣਾਂ ਦਾ ਦੌਰ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ ਭਰਮ ਭੁਲੇਖੇ ਫੈਲਾਏ ਜਾ ਰਹੇ ਨੇ ਕਿ ਦੇਖੋ ਜੀ, ਹੁਣ ਤਾਂ ਚੋਣ ਜ਼ਾਬਤਾ ਲੱਗ ਗਿਆ, ਹੁਣ ਤਾਂ ਕੁਛ ਹੋਣਾ ਨਹੀਂ। ਅਸੀਂ ਸਮਝਦੇ ਹਾਂ ਕਿ ਹੋਣਾ ਹੀ ਹੋਣਾ ਹੈ। ਅੱਜ ਇੱਕ ਸੁਨਹਿਰੀ ਮੌਕਾ ਹੈ ਲੋਕਾਂ ਦੇ ਕੋਲੇ ਕਿ ਆਪਦੀਆਂ ਮੰਗਾਂ, ਆਪਦੇ ਮੁੱਦੇ, ਆਪਦੇ ਮਸਲੇ ਹਾਈਲਾਈਟ ਕਰ ਸਕਣ, ਸਰਕਾਰਾਂ ਦੇ ਏਜੰਡੇ ਤੇ ਲਿਆ ਸਕਣ। ਅੱਜ ਜੇ ਸਾਡਾ ਅੰਦੋਲਨ ਚੱਲਦਾ ਹੈ ਤਾਂ ਸੁਭਾਵਿਕ ਹੈ ਕਿ ਹਰ ਪੋਲੀਟੀਕਲ ਪਾਰਟੀ ਨੂੰ ਆਪਦੇ ਚੋਣ ਮੈਨੀਫੈਸਟੋ ਦੇ ਵਿੱਚ ਸਾਡੀਆਂ ਮੰਗਾਂ ਦਾ ਵੇਰਵਾ ਲਿਆਉਣਾ ਪੈਣਾ ਹੈ। ਔਰ ਜਦੋਂ ਵੇਰਵਾ ਆਏਗਾ ਉਦੋਂ ਸੁਭਾਵਿਕ ਹੈ ਫਿਰ ਅੱਗੇ ਚੈਨਲਾਂ ਦੇ ਉੱਤੇ ਡਿਬੇਟਾਂ ਆਉਂਦੀਆਂ ਚੱਲਣੀਆਂ ਨੇ, ਔਰ ਉੱਥੇ ਸਾਨੂੰ ਮੌਕਾ ਮਿਲੇਗਾ। ਜਿਹੜੇ ਲੋਕ ਕਹਿੰਦੇ ਨੇ ਕਿ MSP ਦੇਣ ਲੱਗਿਆਂ 17 ਲੱਖ ਕਰੋੜ ਦਾ ਮਤਲਬ ਬਜਟ 'ਤੇ ਬੋਝ ਪਏਗਾ, ਉਹ ਅਸੀਂ ਸਪਸ਼ਟ ਕਰਾਂਗੇ ਕਿ 17 ਲੱਖ ਕਰੋੜ ਦਾ ਨਹੀਂ, ਕੇਵਲ 20,000 ਕਰੋੜ ਰੁਪਏ ਨਾਲ ਹੀ ਸਾਰੀਆਂ ਦੀਆਂ ਸਾਰੀਆਂ ਫਸਲਾਂ ਖਰੀਦੀਆਂ ਜਾ ਸਕਦੀਆਂ ਨੇ, ਅਸੀਂ ਸਪਸ਼ਟ ਕਰਾਂਗੇ। ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਰਿਸਪੋਂਸ ਮਿਲਦਾ ਜੀ? ਤਾਂ ਪਿੰਡਾਂ ਦੇ ਵਿੱਚੋਂ ਤੁਸੀਂ ਦੇਖਿਆ, ਮਤਲਬ ਸੰਗਤਾਂ ਬਹੁਤ ਪਿਆਰ ਨਾਲ, ਬੜੇ ਵਧੀਆ ਢੰਗ ਨਾਲ ਪਹੁੰਚ ਰਹੀਆਂ ਨੇ। ਔਰ ਲਾਸਟ ਤੱਕ ਮੈਂ ਬੋਲਿਆ, ਅੱਜ ਆ ਡਿਬੇਟ ਸੀਗੀ, ਡਿਬੇਟ ਕਰਕੇ ਮੈਨੂੰ ਵਿੱਚ ਦੀ ਉਹਨਾਂ ਨੂੰ ਟਾਈਮ ਛੱਡ ਕੇ ਆਉਣਾ ਪਿਆ। ਕਿਸਾਨ ਹਜੇ ਵੀ ਮਤਲਬ ਬੈਠ ਕੇ ਗੱਲਬਾਤ ਹੋਰ ਵੀ ਸਾਂਝੀ ਕਰਨੀ ਚਾਹੁੰਦੇ ਸੀ ਲੋਕਾਂ ਦਾ। ਲੋਕਾਂ ਵੱਲੋਂ ਜਦੋਂ ਹਕੀਕਤ ਤੋਂ ਜਾਣੂ ਕਰਵਾਵਾਂਗੇ ਨਾ, ਸਾਡਾ ਪਰਪਜ ਵੀ ਇਹੀ ਹੈ ਕਿ ਕਿਸਾਨ ਇਸ ਗੱਲ ਦੇ ਭੁਲੇਖੇ 'ਚੋਂ ਨਿਕਲਣਾ ਕਿ ਚੋਣ ਜ਼ਾਬਤੇ ਦੇ ਨਾਲ ਸਾਡਾ ਅੰਦੋਲਨ ਕਮਜ਼ੋਰ ਕਰਕੇ ਹੈ ਤਾਂ ਸਾਡਾ ਨੁਕਸਾਨ ਹੋਏਗਾ। ਸਗੋਂ ਹੁਣ ਲੋੜ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਹੈ, ਉੱਥੇ ਗਿਣਤੀ ਨੂੰ ਹੋਰ ਵਧਾਉਣ ਦੀ ਹੈ, ਬਾਰਡਰਾਂ ਦੇ ਉੱਤੇ ਤਾਕਤ ਨੂੰ ਹੋਰ ਮਜ਼ਬੂਤ ਕਰਨ ਦੀ ਹੈ, ਤਾਂ ਕਿ ਹਰ ਪੋਲੀਟੀਕਲ ਪਾਰਟੀ ਦੇ ਏਜੰਡੇ ਤੇ ਤੁਸੀਂ ਆ ਜਾਓ। ਸਹਿਲ ਵਾਲਾ ਜਿਹੜਾ ਨੋਟੀਫਿਕੇਸ਼ਨ ਵਾਪਸ ਲਿਆ, ਉਸ ਨੂੰ ਕਿਵੇਂ ਦੇਖਦੇ ਹੋ ਸਰਕਾਰ ਵੱਲੋਂ? ਦੇਖੋ, ਹੁਣੇ ਡਿਬੇਟ ਚੱਲੀ ਹੈ ਇਹਦੇ ਤੇ। ਸਹਿਲੋ, ਇਕੱਲਾ ਸਹਿਲੋ ਨੂੰ ਉਹਨੂੰ ਮੰਡੀ ਨਹੀਂ ਲਾਨਿਆ ਸੀ, ਉਹਦੇ 'ਚ ਇਹ ਵੀ ਕਿਹਾ ਸੀਗਾ ਕਿ ਪ੍ਰੋਸੈਸਿੰਗ ਵੀ ਇਹੀ ਕਰਨਗੇ, ਪਰਚੇਜ਼ ਇਹਨਾਂ ਨੇ ਕਰਨੀ ਹੈ। ਉਸ ਤੋਂ ਅਗਲੀ ਜਿਹੜੀ ਗੱਲ ਹੈ ਕਿ ਸਰਕਾਰ ਨੂੰ ਨੇ ਪਿਛਲੇ ਸਾਲ ਵੀ ਇਹ ਕੀਤਾ, ਇਹੀ ਸਰਕਾਰ ਜਦੋਂ ਸੱਤਾ ਤੋਂ ਬਾਹਰ ਸੀ ਉਦੋਂ ਇਸੇ ਅਡਾਨੀਆਂ ਦੇ ਸੈਲੋ ਦਾ ਵਿਰੋਧ ਕਰਦੀ ਰਹੀ, ਲੇਕਿਨ ਉਹਨਾਂ ਦੀ ਉਸ ਕਾਰਗੁਜ਼ਾਰੀ ਨੂੰ ਵੇਖ ਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਅਤੇ ਜਦੋਂ ਸੱਤਾ 'ਚ ਆ ਗਏ ਤਾਂ ਫਿਰ ਉਹ ਕਰਨਾ ਸ਼ੁਰੂ ਕਰ ਲਿਆ, ਉਹਨਾਂ ਨੂੰ ਮੰਡੀਆਂ ਲਾਉਣਾ ਸ਼ੁਰੂ ਕਰ ਲਿਆ। ਤਾਂ ਲੋਕਾਂ ਨੇ ਜਦੋਂ ਉਹਦਾ ਵਿਰੋਧ ਕੀਤਾ, ਸਾਡੇ ਵੱਲੋਂ SKM ਨੋਨ ਪੋਲੀਟੀਕਲ ਵੱਲੋਂ, KMM ਵੱਲੋਂ ਇਹ ਐਲਾਨਿਆ ਗਿਆ ਕਿ ਅਸੀਂ ਇਹਨਾਂ ਦੇ ਪੁਤਲੇ ਫੂਕਾਂਗੇ, ਨਾ ਸਰਿਆ ਤਾਂ ਫਿਰ ਅੱਗੇ ਸਾਨੂੰ ਟ੍ਰੇਨ ਰੋਕਣੀ ਪਈ, ਅਸੀਂ ਟ੍ਰੇਨ ਵੀ ਰੋਕਾਂਗੇ। ਇਹ ਸਾਰੀਆਂ ਗੱਲਾਂ ਸਾਨੂੰ ਕਹਿਣੀਆਂ ਪਈਆਂ। ਉਸ ਤੋਂ ਬਾਅਦ ਫਿਰ ਇਹਨੂੰ ਵਾਪਸ ਲਿਆ ਸਰਕਾਰ ਨੇ, ਕੱਲ੍ਹ ਹੀ ਇਹਨੂੰ ਮਤਲਬ ਸਾਡੀ ਪ੍ਰੈਸ ਕਾਨਫਰੰਸ ਤੋਂ ਬਾਅਦ ਤੁਰੰਤ ਸਰਕਾਰ ਨੇ ਫੈਸਲਾ ਲਿਆ, ਇਹਨੂੰ ਵਾਪਸ ਲਿਆ। SKM ਵੱਲੋਂ ਜਿਸ ਤਰੀਕੇ ਦੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ, ਲੀਡਰਾਂ ਦਾ, BJP ਦਾ ਖਾਸ ਕਰਕੇ, ਘਰਾਂ ਦਾ ਘਰਾਓ ਕੀਤਾ ਜਾ ਰਿਹਾ, ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਕਿਸ ਤਰ੍ਹਾਂ ਦਾ ਹੈਗਾ? ਸਾਡਾ ਪ੍ਰੋਗਰਾਮ ਦਿੱਤਾ ਹੋਇਆ, ਆਲਰੇਡੀ ਪ੍ਰੋਗਰਾਮ ਦਿੱਤਾ ਹੋਇਆ। ਪਹਿਲੀ ਤਾਂ ਗੱਲ ਹੈ ਕਿ SKM ਨੋਨ ਪੋਲੀਟੀਕਲ ਮੋਰਚੇ 'ਚ ਹੈ, ਅਸੀਂ ਮੋਰਚਿਆਂ ਦੇ ਵੱਲ ਵੀ ਆਪਦਿਆਂ ਨੂੰ ਮਤਲਬ ਸਟਰੋਂਗ ਰੱਖਣਾ ਹੈ ਤਾਂ ਕਿ ਸਾਡੀ ਗੱਲ ਆਪਦੇ ਢੰਗ ਨਾਲ ਸਰਕਾਰ ਤੱਕ ਜਾਵੇ, ਹਰ ਪੋਲੀਟੀਕਲ ਪਾਰਟੀ ਦਾ ਏਜੰਡਾ ਬਣੀਏ, ਡਿਬੇਟਾਂ ਦਾ ਅਸੀਂ ਹਿੱਸਾ ਬਣੀਏ, ਪੂਰੀ ਸੰਸਾਰ ਸਾਡੀ ਗੱਲ। ਇੱਕ ਗੱਲ ਨੰਬਰ 2, ਸਾਡਾ ਇਹ ਪ੍ਰੋਗਰਾਮ ਹੈ ਕਿ ਅਸੀਂ ਸ਼ੁਭ ਕਰਨ ਦੀ ਫੋਟੋ ਲੈ ਕੇ ਉਹਦੇ ਥੱਲੇ ਡਿਮਾਂਡਾਂ ਲਿਖ ਕੇ ਉਹਦੇ 'ਚ ਅਸੀਂ ਲੈ ਕੇ ਪਹਿਲੇ ਤਾਂ ਗੱਲ ਹੈ ਪੂਰੇ ਪਿੰਡਾਂ 'ਚ ਲਾਵਾਂਗੇ, ਉਹ ਵੱਡੇ ਵੱਡੇ ਮਤਲਬ ਪੋਸਟਰ ਬਣਾ ਕੇ। ਫਿਰ ਉਸ ਤੋਂ ਬਾਅਦ ਕੀ ਕਰਨਾ ਅਸੀਂ? ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਇਹ ਹੈ ਕਿ ਜਦੋਂ ਵੀ ਪੋਲੀਟੀਕਲ ਪਾਰਟੀਜ਼ ਇੱਥੇ ਆਉਣਗੀਆਂ ਸਾਡੇ ਕੋਲ, BJP ਜਾਂ BJP ਦੀਆਂ ਸਮਰਥਕ, ਉਦੋਂ ਉਹਨਾਂ ਦੇ ਸਵਾਲ ਕਰਾਂਗੇ ਅਸੀਂ ਇਹ ਕਿ ਸਾਨੂੰ ਇਹਨਾਂ ਗੱਲਾਂ ਦੇ ਜਵਾਬ ਦਿਓ, ਪੁੱਛਾਂਗੇ ਕਿ ਕੀ ਤੁਹਾਨੂੰ ਇਹ ਰਾਈਟ ਆ ਕਿ ਵਾਅਦੇ ਤਾਂ ਸਾਡੇ ਨਾਲ ਕਰ ਲਓ, ਅਤੇ ਜੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਅਸੀਂ ਤੁਹਾਨੂੰ ਵਾਅਦੇ ਯਾਦ ਕਰਾਉਣ ਚਾਹੁੰਦੇ ਹਾਂ
ਤਾਂ ਤੁਸੀਂ ਐਡੀ ਵੱਡੀ ਬੈਰੀਕੇਡਿੰਗ ਕਰੋਗੇ, ਸਾਨੂੰ ਨੇੜੇ ਤੱਕ ਨਹੀਂ ਜਾਣ ਦਿਓਗੇ, ਸਾਡੇ ਗੋਲੀਆਂ ਮਾਰੋਗੇ, ਸਾਨੂੰ ਜ਼ਖਮੀ ਕਰੋਗੇ, ਸਾਨੂੰ ਸ਼ਹਾਦਤਾਂ ਦੇਣ ਤੱਕ ਮਜਬੂਰ ਕਰੋਗੇ, ਤਾਂ ਫਿਰ ਅੱਜ ਤੁਸੀਂ ਵੋਟਾਂ ਲੈਣ ਆਏ ਹੋ, ਅੱਜ ਇਹਨਾਂ ਗੱਲਾਂ ਦੇ ਜਵਾਬ ਦਿਓ ਸਾਨੂੰ ਕਿ ਸਾਨੂੰ ਜਿਹੜੇ ਤੁਸੀਂ ਵਾਅਦੇ ਕੀਤੇ ਉਹਨਾਂ ਨੂੰ ਪੂਰੇ ਕਰਨ ਦੀ ਬਜਾਏ ਸਾਡੇ ਨੌਜਵਾਨਾਂ ਦੇ ਸਾਡੇ ਕਿਸਾਨਾਂ ਦੇ ਉੱਤੇ ਗੋਲੀ ਕਿਉਂ ਚਲਾਈ ਗਈ? ਕਿਸਾਨਾਂ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ ਜੇਕਰ ਮੋਦੀ ਸਰਕਾਰ ਰਿਪੀਟ ਹੋ ਜਾਂਦੀ ਹੈ? ਜਿਸ ਤਰੀਕੇ ਦੀਆਂ ਨਾਲ ਗੱਲਾਂ ਚੱਲ ਰਹੀਆਂ ਨੇ ਵੀ ਡਾਂਗ ਨਾ ਠਾਉਣਗੇ, ਜਿਸ ਤਰੀਕੇ ਨਾਲ ਪਹਿਲਾਂ ਵਰਤਾਓ ਕੀਤਾ ਗਿਆ, ਤਿਆਰ ਹੈ ਕਿਸਾਨ ਉਸ ਤਰੀਕੇ ਨਾਲ? ਵੀ ਦੇਖੋ ਗੱਲ ਕੀ ਹੈ, ਡਾਂਗ ਨਾ ਠਾਉਣ, ਗੋਲੀ ਨਾਲ ਠਾਉਣ, ਇਹ ਉਹਨਾਂ ਦੀ ਮਰਜ਼ੀ ਹੈ। ਸਵਾਲ ਇਹ ਹੈ ਕਿ ਅਸੀਂ ਆਪਦੀ ਅਸੀਂ ਸਾਡੀ ਜਿਹੜੀ ਲੜਾਈ ਹੈ ਨਾ, ਸਾਡੀ ਕੋਈ ਪੋਲੀਟੀਕਲ ਲੜਾਈ ਨਹੀਂ ਹੈ, ਸਾਡੀ ਲੜਾਈ ਆ ਆਪਦੇ ਮੁੱਦਿਆਂ ਦੀ, ਅਤੇ ਜਿੰਨਾ ਚਿਰ ਮੁੱਦੇ 'ਚ ਆਉਂਦੇ ਨੇ ਉਨੀ ਦੇਰ ਤੱਕ ਲੜਾਈ ਬੰਦ ਨਹੀਂ ਹੋ ਸਕਦੀ। ਹਾਂ, ਮਰ ਸਕਦੇ ਨੇ ਬੰਦੇ, ਮਰਾਂਗੇ, ਕੋਈ ਗੱਲ ਨਹੀਂ, ਜੇ ਸਰਕਾਰ ਮਾਰਨਾ ਚਾਹੇਗੀ ਤਾਂ ਸ਼ਹਾਦਤਾਂ ਦੇਵਾਂਗੇ, ਪਿੱਛੇ ਨਹੀਂ ਹਟਣਗੇ ਲੋਕ, ਲੇਕਿਨ ਇਹ ਜ਼ਰੂਰ ਹੈ ਕਿ ਅੰਦੋਲਨ ਉਨੀ ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਕਿਸਾਨਾਂ ਦੇ ਮੁੱਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ। ਇਹ ਕਿੰਨਾ ਲੰਬਾ ਚੱਲਦਾ ਅੰਦੋਲਨ, ਇਹ ਸਮਾਂ ਦੱਸੂਗਾ।